ਦਾ ਗਲਿਆ ਤੇ ਆਇਆ ਮੈਂ ਖੁਦ ਤੋਂ ਆ ਗਿਆ ਆਇਆ ਨੂੰ ਸਹੀ ਕਰਦੀ ਤਾਂ ਤੁਹਾਨੂੰ ਕੀ ਜਾਣ ਬੱਚਾ ਮੈਂ ਤਾਂ ਕਾਂ ਜਿਨਾ ਵਾਲਾ ਕਮਰਿਆ ਦੇਖੋ ਗੱਲ ਸੁਣੋ ਇੱਕ ਮਿੰਟ ਕੈਮਰੇ ਦੇ ਵਿੱਚ ਮੇਰੀ ਮੇਰੇ ਧਿਆਨ ਨਾਲ ਗੱਲ ਸੁਣੋ ਉਹ ਕੈਮਰੇ ਦੇ ਵਿੱਚ ਤਿੰਨ ਬੱਚੇ ਕੰਧ ਟੱਪ ਕੇ ਗਏ ਦੋ ਵਾਪਸ ਆਏ ਧਿਆਨ ਨਾਲ ਸੁਣੋ ਉਹਨੂੰ ਪੁਲਿਸ ਨੇ ਪੁੱਛਿਆ ਬੱਚਿਆਂ ਨੂੰ ਕਿ ਤੀਸਰਾ ਮੁੰਡਾ ਕਿੱਥੇ ਆ ਕਹਿੰਦੇ ਪਿੱਛੋਂ ਸਾਨੂੰ ਦੱਬਦਾ ਪਿਆ ਕਿ ਭੱਜੋ ਪਤੰਗ ਕਿਉਂ ਲੁੱਟਦੇ ਆ ਉੱਥੇ ਸੀਗਾ ਟੋਇਆ ਬਹੁਤ ਵੱਡਾ ਤੁਸੀਂ ਦੇਖ ਕੇ ਆਓ ਉਹ ਵਿਚਾਰਾ ਨਖਰਾ ਨਖਰਾ ਦੇ ਵਿੱਚ ਡਿੱਗਿਆ ਤੁਸੀਂ ਕਿਉਂ ਨਹੀਂ ਸਮਝਦੇ ਤੁਸੀਂ ਦੇਖਿਆ ਟੋਇਆ ਕਿੱਡਾ ਉੱਥੇ ਜਾ ਕੇ ਡਿੱਗਿਆ ਟੋਇਆ ਦੇਖ ਕੇ ਉਹ ਕਿੱਡਾ ਆ ਮੈਂ ਡਿੱਗਿਆ ਮੈਂ ਵੀ ਨਹੀਂ ਬਚਣਾ ਉਹਦੇ ਵਿੱਚ ਉਹ ਤਾਂ ਵਿਚਾਰਾ ਹੈ ਨਿੱਕੀ ਜਾਨ ਸੀ ਹਾਂਜੀ ਪਤੰਗ ਜੀ ਤੇ ਕੀ ਵਾਕਿਆ ਹੈ ਜਿਹੜੇ ਵਿੱਚ ਮੁੰਡੇ ਲਾਸ਼ ਮਿਲੀ ਹੈ ਪਿੱਛੇ ਸਾਤਰੀ ਦਿਨ ਸ਼ੁੱਕਰਵਾਰ ਤੋਂ ਬੱਚਾ ਗੁੰਮ ਹੋਇਆ ਸੀਗਾ ਤੇ ਅਸੀਂ ਕਾਫੀ ਕੋਸ਼ਿਸ਼ ਕੀਤੀ ਹੈ ਤੇ ਲੱਭਣ ਸਾਰੇ ਪਿੰਡ ਵਿੱਚ ਪਲਾਟਾਂ ਵਾਲਾ ਇੱਥੇ ਵੇਖ ਕੇ ਆਏ ਆ ਮਹਾਰਾਜ ਜੀ ਦੀ ਡੈਡ ਬੋਡੀ ਇੱਥੇ ਪਾਣੀ ਦੇ ਵਿੱਚੋਂ ਮਿਲੀ ਹੈ ਜੀ ਅਸੀਂ ਬਾਹਰ ਸੀ ਪੀਐਫਸੀ ਅਸੀਂ ਸਾਨੂੰ ਤਾਂ ਪਤਾ ਲੱਗਾ ਸੀ ਹੁਣ ਹੀ ਇੱਥੇ ਆਏ ਆ ਗਿਆ ਡੈਡ ਬੋਡੀ ਪਹਿਲਾਂ ਡੈਡ ਬੋਡੀ ਲੱਗੇ ਸੀਗੇ ਇਹ ਕੀ ਕਰਨਾ ਖੇਤਾਂ ਜਿੱਦਾਂ ਮਿਲੀ ਹੈ ਪਤਾ ਨਹੀਂ ਬੱਚੇ ਕਿੱਥੇ ਖੇਡਦੇ ਉਹਦਾ ਕਿੱਧਰ ਆ ਗਏ ਪਤਾ ਨਹੀਂ ਸਮਝ ਨਹੀਂ ਆਈ ਹੈਗੀ ਕੈਮਰੇ 'ਚ ਦੇਖਿਆ ਕਿ ਦੋ ਬੱਚੇ ਦਿਸ ਰਹੇ ਸੀਗੇ ਪਰ ਤੀਜਾ ਪਤਾ ਨਜ਼ਰ ਨਹੀਂ ਆ ਰਿਹਾ ਕਿੱਧਰ ਗਿਆ ਤੇ ਬੱਚੇ ਕਈ ਦਿਨ ਤੋਂ ਗੁੰਮ ਆਏ ਸੀ ਇਹਨਾਂ ਨੇ ਐਫ ਆਈ ਆਰ ਕਰਾਈ ਸੀ ਪੁਲਿਸ ਨੂੰ ਹਾਂਜੀ ਹਾਂਜੀ ਐਫ ਆਰ ਕਰਾਈ ਰੋਡ ਪੁਲਿਸ ਵੀ ਆ ਰਹੀ ਸੀਗੇ ਚੌਕੀ ਕਰ ਰਹੇ ਔਰ ਕੈਮਰੇ ਚੈੱਕ ਕਰਦੇ ਸੀਗੇ ਪਰ ਕੁਛ ਰਾਜ ਲੱਗਾ ਕਿਉਂ ਬੱਚੇ ਡੈਥ ਹੋ ਚੁੱਕੀ ਪਰੋ ਹਾਂਜੀ ਬੱਚੇ ਡੈਥ ਹੋ ਚੁੱਕੀ ਅੱਜ ਪੰਜੀ ਡੈਥ ਹੋ ਚੁੱਕੀ ਬੱਚੇ ਦੀ ਕਾਫੀ ਦਿਨ ਹੋ ਗਏ 10 ਦਿਨ ਹੋ ਗਏ ਸਾਤ ਤਰੀਕ ਦਾ ਲਾਪਤਾ ਗਿਆ ਅੱਜ ਜਦੋਂ ਬੱਚਾ ਜਿਹੜਾ ਲੱਭਿਆ ਸਾਨੂੰ ਉਸਦੀ ਡੈਡ ਬੋਡੀ ਵੀ ਨਹੀਂ ਦਿਖਾਈ ਗਈ ਪਰ ਸਾਨੂੰ ਦੱਸ ਦਿੱਤਾ ਗਿਆ ਕਿ ਤੁਹਾਡਾ ਹੀ ਬੱਚਾ ਹੈ ਤੇ ਉਹ ਮਰਿਆ ਮਿਲਿਆ ਨਹੀਂ ਨਹੀਂ ਇਹਨਾਂ ਦਾ 8 ਤਰੀਕ ਨੂੰ ਸਾਡੇ ਕੋਲ ਆਇਆ ਜੀ ਇਮੀਡੀਏਟਲੀ ਬੱਚਾ ਲੋਸਟ ਕਰ ਦਿੱਤਾ ਗਿਆ ਸੀਗਾ ਅਸੀਂ ਵੈਰੀਫਾਈ ਕੀਤਾ ਸਾਰੇ ਸੀਸੀਟੀਵੀ ਚੈੱਕ ਕੀਤੇ ਇਹਨਾਂ ਦੇ ਜਿਹੜੇ ਰਿਲੇਟਿਵ ਹੈ ਮਾਮਾ ਜੀ ਸਾਡੇ ਨਾਲ ਹੁੰਦੇ ਸੀਗੇ ਉਹਦੇ ਵੀ ਵਿੱਚ ਜਿਹੜਾ ਹੈਗਾ ਬੱਚਾ ਖੇਡਣ ਜਾਂਦਾ ਆਪਣੇ ਜਿਹੜੇ ਫਰੈਂਡਸ ਨੇ ਸ਼ਾਲੂ ਵਗੈਰਾ ਨਾਲ ਕਿਉਂਕਿ ਬਰਸਾਤ ਦੇ ਦਿਨ ਸੀਗੇ ਇਹ ਪਤੰਗ ਲੁੱਟਣ ਗਏ ਸੀਗੇ ਬੇਸਿਕਲੀ ਉਹ ਇਸ ਦੌਰਾਨ ਇੱਥੇ ਜਿਹੜਾ ਹੈਗਾ ਪੈਟਰੋਲ ਪੰਪ ਦੇ ਨਾਲ ਹੀ ਖੇਤ ਹੈਗੇ ਨੇ ਉੱਥੇ ਇੱਕ ਖੱਡਾ ਹੋਇਆ ਹੋਇਆ ਉਹਦੇ ਵਿੱਚ ਜਿਹੜਾ ਹੈਗਾ ਉਹ ਬੱਚਾ ਡਿੱਗ ਜਾਂਦਾ ਜੋ ਹੁਣ ਤੱਕ ਦੀ ਸਾਡੀ ਤਫਤੀਸ਼ ਆਇਆ ਕਿਉਂਕਿ ਅਸੀਂ ਸੀਸੀਟੀਵੀ ਸਾਰੇ ਵੈਰੀਫਾਈ ਕੀਤੇ ਹੈ ਕਿਤੇ ਵੀ ਇੱਦਾਂ ਦੀ ਕੋਈ ਗੱਲ ਨਹੀਂ ਆਉਂਦੀ ਕਿ ਉਸ ਬੱਚੇ ਨੂੰ ਕੋਈ ਵਰਗਲਾ ਕੇ ਲੈ ਜਾਂਦਾ ਉਹਦੇ ਨਾਲ ਜਿਹੜੇ ਉਹਦੇ ਦੋਸਤ ਹੈਗੇ ਆ ਛੋਟੇ ਹੋਰ ਉਹ ਹੁੰਦੇ ਹੈਗੇ ਸਰ ਜਿਹੜਾ ਸੇਵਾ ਜਿਸ ਦਾ ਨਾਮ ਲਿੱਤਾ ਜਾ ਰਿਹਾ ਜਿਸ ਦਾ ਬੱਚਾ ਕਰਨ ਦੱਸਿਆ ਜਾ ਰਿਹਾ ਸੀ ਉਹ ਲੈ ਕੇ ਗਿਆ ਸੀ ਅਤੇ ਉਸਦੇ ਫਾਦਰ ਵੱਲੋਂ ਜਿਹੜਾ ਗੁੰਮਰਾਹ ਕੀਤਾ ਗਿਆ ਉਸ ਬੱਚੇ ਨੂੰ ਜਾਂ ਲਿਜਾਇਆ ਗਿਆ ਉਸਦੇ ਉੱਪਰ ਕਿਉਂ ਨਹੀਂ ਕਾਰਵਾਈ ਕੀਤੀ ਗਈ ਪਰਿਵਾਰ ਵੱਲੋਂ ਬਕਾਇਦਾ ਉਸਦਾ ਨਾਮ ਲਿਖਵਾਇਆ ਗਿਆ ਸੀ ਇੱਦਾਂ ਦਾ ਕੁਝ ਜਿਹੜਾ ਹੈਗਾ ਹੈ ਪਰਚਾ ਦਰਜ ਕਰਨ ਤੋਂ ਬਾਅਦ ਜਿਹੜੀ ਹੈ ਇਨਵੈਸਟੀਗੇਸ਼ਨ ਸਮਲ 'ਚ ਲਿਆਂਦੀ ਗਈ ਹੈ ਉਹਦੇ ਵਿੱਚ ਜਿਹੜੇ ਹੈ ਨੀਅਰ ਬਾਏ ਜਿਹੜੇ ਹੈ ਸਾਰੇ ਸੀਸੀਟੀਵੀ ਫਰੋਲੇ ਗਏ ਹੈਗੇ ਨੇ ਉਹਦੇ ਵਿੱਚ ਉਹ ਬੱਚਾ ਖੇਡਣ ਹੀ ਗਿਆ ਹੈ ਅਤੇ ਉਹ ਜਿਹੜੇ ਛੋਟੇ ਬੱਚੇ ਨਾਲ ਉਹਨਾਂ ਦੇ ਨਾਲ ਹੀ ਜਾਂਦਾ ਹੈ ਸਰ ਮਤਲਬ ਇਹ 10 ਦਿਨ ਤੋਂ ਜਿਹੜਾ ਉਸ ਟੋਏ ਦੇ ਵਿੱਚ ਗਿਰਿਆ ਸੀ ਸਾਡੇ ਕੋਲ ਇਹ 8 ਤਰੀਕ ਨੂੰ ਆਏ ਹੈ ਅਸੀਂ ਇਮੀਡੀਏਟਲੀ ਪਰਚਾ ਲੌਂਚ ਕਰਤਾ ਨਹੀਂ ਨਹੀਂ ਸਰ ਜਿਹੜਾ ਬੱਚਾ ਸੀਗਾ ਜਿਹੜਾ ਉਸ ਟੋਏ ਦੇ ਵਿੱਚ ਅੱਜ ਮਿਲਿਆ ਆ ਪੋਸਟਮਾਰਟਮ ਉਹਦਾ ਚੱਲ ਰਿਹਾ ਹੈ ਪਤਾ ਲੱਗਾ ਸਰ ਕਿੰਨੀ ਦੇਰ ਤੋਂ ਗਿਰਿਆ ਸੀ ਪੋਸਟਮਾਰਟਮ ਤੇ ਸਾਰਾ ਕਲੀਅਰ ਹੋ ਜਾਏਗਾ ਜੀ ਸਰ ਸਰ ਡੈਡ ਬੋਡੀ ਦੀ ਕੰਡੀਸ਼ਨ ਕਿੱਦਾਂ ਦੀ ਸੀਗੀ ਜਿਸ ਟਾਈਮ ਕੱਢੀ ਗਈ ਬ੍ਰਦਰ ਕਿਉਂਕਿ ਉਹ ਪਾਣੀ ਹੈ ਸਰਦੀ ਹੈਗਾ ਡੈਡ ਬੋਡੀ ਮਤਲਬ ਇੰਨੀ ਠੀਕ ਹੈ ਗਲੀ ਸੀ ਬਾਕੀ ਪੋਸਟਮਾਰਟਮ ਚ ਸਾਰਾ ਕਲੀਅਰ ਹੋ ਜਾਣਾ ਹੈ ਸਰ ਪਰਿਵਾਰ ਦੀ ਇੱਕ ਹੋਰ ਮੰਗ ਸੀਗੀ ਕਿ ਸਾਨੂੰ ਜਿਹੜਾ ਸਾਡਾ ਬੱਚਾ ਨਹੀਂ ਦਿਖਾਇਆ ਗਿਆ ਐਵੇਂ ਦੱਸ ਦਿੱਤਾ ਗਿਆ ਕਿ ਤੁਹਾਡਾ ਹੀ ਬੱਚਾ ਹੈ ਉਹ ਸਰ ਨਹੀਂ ਨਹੀਂ ਪ੍ਰੋਪਰ ਆਈਡੈਂਟੀਫਾਈ ਸਰ ਮਾਮਾ ਜੀ ਇਹਦੇ ਨਾਲ ਹੈ ਸਰ ਉਹਨਾਂ ਦੇ ਮਦਰ ਦੇ ਨਾਲ ਜਦੋਂ ਆ ਮੁੰਡਾ ਦੇਖੋ ਆ ਮੁੰਡਾ ਦੀ ਮਾਂ ਖੜੀ ਹੈ ਜੀ ਮਗਰ ਨੇ ਬਾਤ ਕੀਤੀ ਗਈ ਸੀ ਉਹਨਾਂ ਵੱਲੋਂ